ਸ਼ੰਭੂ ਬਾਰਡਰ ਤੇ ਲੱਗੀ ਰੌਣਕ ਭਾਰੀ। ਕਿਸਾਨਾਂ ਦੇ ਹੱਕ ਚ ਬੋਲੇ ਪੰਜਾਬੀ ਗਾਇਕ ਬੱਬੂ ਮਾਨ। ਕਿਸਾਨਾਂ ਦੇ ਕੱਠ ਮੂਰੇ ਫੇਲ ਹੋਇਆ ਤੰਤਰ ਸਰਕਾਰੀ। ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਵੀ ਦਿੱਤਾ ਖਾਸ ਸੁਨੇਹਾ। ਸਭ ਜਾਣਦੇ ਨੇ ਕਿਸਾਨੀ ਅੰਦੋਲਨ 2.0 ਸ਼ੁਰੂ ਹੋ ਚੁੱਕਿਆ, ਜਿਸ ਕਰਕੇ ਪੰਜਾਬ ਦੇ ਕਿਸਾਨ ਜੋ ਨੇ ਲਗਾਤਾਰ ਦਿੱਲੀ ਨੂੰ ਫਤਿਹ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ, ਤੇ ਇਸ ਵਿਚਾਰੇ ਪੰਜਾਬੀ ਗਾਇਕ ਵੀ ਉੱਥੇ ਸ਼ਮੂਲੀਅਤ ਕਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਉੱਥੇ ਪਹੁੰਚੇ ਸੀ, ਤੇ ਹੁਣ ਪੰਜਾਬ ਦੇ ਹੀ ਗਾਇਕ ਬੱਬੂ ਮਾਨ ਕਿਸਾਨ ਅੰਦੋਲਨ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ। ਤਾਂ ਦੱਸ ਦਈਏ ਕਿ ਬੱਬੂ ਮਾਨ ਜੋ ਨੇ ਹਮੇਸ਼ਾ ਆਪਣੇ ਅਖਾੜਿਆਂ ਦੇ ਵਿੱਚ ਪੰਜਾਬੀਅਤ ਜ਼ਿੰਦਾਬਾਦ ਦੇ ਨਾਰੇ ਲਗਾਉਂਦੇ ਨੇ, ਤੇ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਨੇ, ਤੇ ਹਾਲ ਹੀ ਦੇ ਵਿੱਚ ਵੀ ਉਹਨਾਂ ਦਾ ਇੱਕ ਲਾਈਵ ਪ੍ਰੋਗਰਾਮ ਹੋਇਆ ਸੀ ਜਿੱਥੇ ਬੱਬੂ ਮਾਨ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਤੇ ਨਾਲ ਦੀ ਨਾਲ ਸਰਕਾਰਾਂ ਨੂੰ ਝਾੜ ਵੀ ਪਾਈ ਹੈ। ਤਾਂ ਦੱਸ ਦਈਏ ਕਿ ਇਸ ਲਾਈਵ ਸ਼ੋਅ ਦੇ ਵਿੱਚ ਬੱਬੂ ਮਾਨ ਨੇ ਗੀਤ ਰਾਹੀਂ ਮੋਰਚ 'ਚ ਜਾਣ ਦਾ ਸੁਨੇਹਾ ਦਿੱਤਾ। ਗੀਤ 'ਚ ਬੋਲਿਆ ਕਿ ਸ਼ੰਭੂ ਬਾਰਡਰ ਤੇ ਰੌਣਕਾਂ ਲੱਗੀਆਂ ਨੇ, ਕਿਸਾਨਾਂ ਦੇ ਮੋਹਰੇ ਸਰਕਾਰਾਂ ਦੇ ਤੰਤਰ ਫੇਲ ਹੋ ਜਾਣਗੇ, ਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਆਰੀ 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 ਸ਼ੰਭੂ ਬਾਰਡਰ ਤੇ ਲਾਗੀ ਰੌਣਕ ਭਾਰੀ, ਕਿਸਾਨਾਂ ਦੇ ਕੱਠ ਮੂਹਰੇ ਫੇਲ ਹੋਇਆ ਤੰਤਰ ਸਰਕਾਰੀ। ਜੱਗ ਤੇ ਮਿਸਾਲ ਬਣ ਗਈ ਜੱਟ ਤੇ ਜਾਟ ਦੀ ਯਾਰੀ। ਸ਼ੰਭੂ ਬਾਰਡਰ ਤੇ ਲਾਗੀ ਰੌਣਕ ਭਾਰੀ। ਕਿਸਾਨਾਂ ਦੇ ਹੱਕ ਚ ਬੋਲੇ ਪੰਜਾਬੀ ਗਾਇਕ ਬੱਬੂ ਮਾਨ। ਕਿਸਾਨਾਂ ਦੇ ਕੱਠ ਮੂਹਰੇ ਫੇਲ ਹੋਇਆ ਤੰਤਰ ਸਰਕਾਰੀ। ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਵੀ ਦਿੱਤਾ ਖਾਸ ਸੁਨੇਹਾ। ਸਭ ਜਾਣਦੇ ਨੇ ਕਿਸਾਨੀ ਅੰਦੋਲਨ 2.0 ਸ਼ੁਰੂ ਹੋ ਚੁੱਕਿਆ, ਜਿਸ ਕਰਕੇ ਪੰਜਾਬ ਦੇ ਕਿਸਾਨ ਜੋ ਨੇ ਲਗਾਤਾਰ ਦਿੱਲੀ ਨੂੰ ਫਤਿਹ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ, ਤੇ ਇਸ ਵਿਚਾਰੇ ਪੰਜਾਬੀ ਗਾਇਕ ਵੀ ਉੱਥੇ ਸ਼ਮੂਲੀਅਤ ਕਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਉੱਥੇ ਪਹੁੰਚੇ ਸੀ, ਤੇ ਹੁਣ ਪੰਜਾਬ ਦੇ ਹੀ ਗਾਇਕ ਬੱਬੂ ਮਾਨ ਕਿਸਾਨ ਅੰਦੋਲਨ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ। ਤਾਂ ਦੱਸ ਦਈਏ ਕਿ ਬੱਬੂ ਮਾਨ ਜੋ ਨੇ ਹਮੇਸ਼ਾ ਆਪਣੇ ਅਖਾੜਿਆਂ ਦੇ ਵਿੱਚ ਪੰਜਾਬੀਅਤ ਜ਼ਿੰਦਾਬਾਦ ਦੇ ਨਾਰੇ ਲਗਾਉਂਦੇ ਨੇ, ਤੇ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਨੇ, ਤੇ ਹਾਲ ਹੀ ਦੇ ਵਿੱਚ ਵੀ ਉਹਨਾਂ ਦਾ ਇੱਕ ਲਾਈਵ ਪ੍ਰੋਗਰਾਮ ਹੋਇਆ ਸੀ ਜਿੱਥੇ ਬੱਬੂ ਮਾਨ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਤੇ ਨਾਲ ਦੀ ਨਾਲ ਸਰਕਾਰਾਂ ਨੂੰ ਝਾੜ ਵੀ ਪਾਈ ਹੈ। ਤਾਂ ਦੱਸ ਦਈਏ ਕਿ ਇਸ ਲਾਈਵ ਸ਼ੋਅ ਦੇ ਵਿੱਚ ਬੱਬੂ ਮਾਨ ਨੇ ਗੀਤ ਰਾਹੀਂ ਮੋਰਚ 'ਚ ਜਾਣ ਦਾ ਸੁਨੇਹਾ ਦਿੱਤਾ। ਗੀਤ 'ਚ ਬੋਲਿਆ ਕਿ ਸ਼ੰਭੂ ਬਾਰਡਰ ਤੇ ਰੌਣਕਾਂ ਲੱਗੀਆਂ ਨੇ, ਕਿਸਾਨਾਂ ਦੇ ਮੋਹਰੇ ਸਰਕਾਰਾਂ ਦੇ ਤੰਤਰ ਫੇਲ ਹੋ ਜਾਣਗੇ, ਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਆਰੀ 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 ਸ਼ੰਭੂ ਬਾਰਡਰ ਤੇ ਲਾਗੀ ਰੌਣਕ ਭਾਰੀ, ਕਿਸਾਨਾਂ ਦੇ ਕੱਠ ਮੂਹਰੇ ਫੇਲ ਹੋਇਆ ਤੰਤਰ ਸਰਕਾਰੀ। ਜੱਗ ਤੇ ਮਿਸਾਲ ਬਣ ਗਈ ਜੱਟ ਤੇ ਜਾਟ ਦੀ ਯਾਰੀ।